ਨਸ਼ਿਆਂ ਨੂੰ ਲੈ ਕੇ ਪੰਜਾਬ ਪੁਲਿਸ ਦੀ ਕਿੰਨੀ ਇੱਕ ਵਧੀਆ ਕਾਰਗੁਜ਼ਾਰੀ ਹੈਗੀ ਹੈ। ਹਾਲਾਂਕਿ ਨਿਤ ਦਿਨ ਨਸ਼ਿਆਂ ਦੇ ਕਾਰਨ ਨੌਜਵਾਨਾਂ ਦੀ ਮੌਤ ਹੁੰਦੀ ਹੈ ਅਤੇ ਅੱਜ ਅਸੀਂ ਇਸ ਬਾਬਤ ਪੁੱਛਣ ਦੇ ਲਈ ਮੋਹਾਲੀ ਜ਼ਿਲ੍ਹੇ ਦੇ ਪਿੰਡ ਸਵਾੜਾ ਦੇ ਵਿੱਚ ਪੁੱਜੇ ਹੋਏ ਹਾਂ। ਕੁਝ ਬਜ਼ੁਰਗ ਨੇ, ਨੌਜਵਾਨ ਨੇ, ਜਾਣਦੇ ਹਾਂ ਕਿ ਨਸ਼ਿਆਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਕਿਹੋ ਜਿਹੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਸਰਕਾਰ ਨਸ਼ਿਆਂ ਨੂੰ ਲੈ ਕੇ ਕਿਸ ਤਰ੍ਹਾਂ ਕਾਰਵਾਈ ਕਰ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਹਰਿੰਦਰ ਸਿੰਘ ਜੀ। ਅੱਛਾ ਹਰਿੰਦਰ ਜੀ, ਜਿਵੇਂ ਪੰਜਾਬ ਦੇ ਵਿੱਚ ਨਿਤ ਦਿਨ ਕਿਸੇ ਨਾ ਕਿਸੇ ਨੌਜਵਾਨ ਦੇ ਵੱਲੋਂ ਜਾਂ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੋਣ ਦੀ ਖਬਰ ਹਰ ਰੋਜ਼ ਸਾਹਮਣੇ ਆਉਂਦੀ ਹੈ ਕਿ ਨਸ਼ੇ ਕਾਰਨ ਅੱਜ ਇੱਕ ਨੌਜਵਾਨ ਗਿਆ, ਦੋ ਨੌਜਵਾਨ ਗਏ, ਕਾਰਨ ਕੀ ਮੰਨਦੇ ਹੋ ਕਿ ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਜੋ ਦਾਅਵੇ ਕਰਦੀ ਹੈ ਨਸ਼ਿਆਂ ਨੂੰ ਰੋਕਣ ਦੇ ਲਈ ਉਹ ਦਾਅਵਿਆਂ ਦੇ ਮੁਤਾਬਿਕ ਕਾਰਵਾਈ ਕੀਤੀ ਜਾ ਰਹੀ ਹੈ? ਨਹੀਂ ਨਹੀਂ, ਕਾਰਵਾਈ ਤਾਂ ਹੋ ਨਹੀਂ ਰਹੀ। ਜੇ ਕਾਰਵਾਈ ਹੋਵੇ ਫਿਰ ਤਾਂ ਨਸ਼ੇ ਰੁਕ ਜਾਵੇ। ਕਾਰਵਾਈ ਤਾਂ ਹੋ ਨਹੀਂ ਰਹੀ ਹੈਗੀ। ਪੁਲਿਸ ਵਾਲੇ ਆਪ ਮਿਲੇ ਹੋਏ ਆ ਵਿੱਚ। ਅੱਛਾ ਜੀ। ਹਾਂ ਜੀ, ਪੁਲਿਸ ਵਾਲੇ ਕਰਾ ਰਹੇ ਵਿੱਚ ਕੰਮ। ਅੱਛਾ, ਕਈਆਂ ਦਾ ਇਹ ਵੀ ਕਹਿਣਾ ਹੈਗਾ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਾਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਿਆਸਤ ਦਾ ਦਬਾਅ ਹੁੰਦਾ ਹੈ, ਉਹਦੀ ਵਜ੍ਹਾ ਦੇ ਨਾਲ ਕਾਰਵਾਈ ਨਹੀਂ ਕੀਤੀ ਜਾਂਦੀ? ਹਾਂ ਜੀ ਹਾਂ, ਵਿੱਚ ਸਿਆਸਤ ਦਾ ਵੀ ਹੁੰਦਾ ਦਬਾਅ, ਸਾਰਾ ਹੀ ਚੱਲਦਾ, ਮਿਲ ਕੇ ਹੀ ਕੰਮ ਹੋ ਰਿਹਾ ਸਾਰਾ। ਅੱਛਾ, ਜੇਕਰ ਇਸ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਦੇ ਵਿੱਚ ਨੌਜਵਾਨ ਨਸ਼ੇ ਕਰਦੇ ਨੇ ਜਾਂ ਕੋਈ ਖਬਰਾਂ ਜਾਂ ਕੋਈ ਮਾਮਲਾ ਨਸ਼ੇ ਦਾ ਇਸ ਤੋਂ ਪਹਿਲਾਂ ਕਦੀ ਸਾਹਮਣੇ ਆਇਆ ਹੋਵੇ? ਨਾ, ਸਾਡੇ ਪਿੰਡ ਚਿੱਟੇ ਚੁੱਟੇ ਵਾਲਾ ਤਾਂ ਕੋਈ ਹੈ ਨਹੀਂ, ਬਸ ਭੁੱਕੀ ਭਾਕੀ ਪਹਿਲਾਂ ਖਾਂਦੇ ਤੇ ਹੁਣ ਛੱਡ ਛੁੱਟ ਗਏ ਜਾਂ ਤੇ ਉਹ ਹੋਇਆ ਆਪਣਾ ਸਖਤਾਈ ਜੀ ਹੋਈ ਤੀ ਨਾ। ਅੱਛਾ, ਜਿਵੇਂ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ STF ਬਣਾ ਦਿੱਤੀ ਗਈ ਹੈ, ਨਸ਼ੇ ਨੂੰ ਠੱਲ ਪਾ ਦਿੱਤੀ ਜਾਵੇਗੀ, 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ, ਪੁਲਿਸ ਨੂੰ ਆਦੇਸ਼ ਦਿੱਤੇ ਗਏ ਨੇ। ਤੁਹਾਨੂੰ ਲੱਗਦਾ ਕਿ ਉਹਨਾਂ ਆਦੇਸ਼ਾਂ ਦੇ ਉੱਤੇ ਪੰਜਾਬ ਪੁਲਿਸ ਕਿਤੇ ਨਾ ਕਿਤੇ ਤਰੀਕੇ ਦੇ ਨਾਲ ਕਾਰਵਾਈ ਕਰ ਰਹੀ ਹੈ? ਨਾ ਜੀ, ਨਾ ਕੋਈ ਉਹ ਕੁਛ ਨਹੀਂ ਹੋਇਆ ਜੀ। ਹਾਂ ਜੀ, ਵੈਸੇ ਉਹਨਾਂ ਨੇ ਵਾਅਦੇ ਬਥੇਰੇ ਕਰੇ ਆ ਪਰ ਪੂਰਾ ਕੋਈ ਨਹੀਂ ਕੀਤਾ ਹੈਗਾ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਗੁਰਮੀਤ ਸਿੰਘ। ਅੱਛਾ ਗੁਰਮੀਤ ਜੀ, ਜਿਵੇਂ ਗੱਲ ਕਰੀਏ ਨਸ਼ਿਆਂ ਨੂੰ ਲੈ ਕੇ, ਹਾਲਾਂਕਿ ਪੰਜਾਬ ਪੁਲਿਸ ਦਾਅਵਾ ਕਰਦੀ ਹੈ ਕਿ ਨਸ਼ਿਆਂ ਨੂੰ ਲੈ ਕੇ ਕਾਰਵਾਈ ਕੀਤੀ ਜਾਵੇਗੀ, ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਫੜਿਆ ਜਾਵੇਗਾ, ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੀਆਂ ਨਸ਼ੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਤੁਹਾਨੂੰ ਲੱਗਦਾ ਕਿ ਜਿਹੜੇ ਵੱਡੇ ਨਸ਼ਾ ਤਸਕਰ ਨੇ ਉਹਨਾਂ ਨੂੰ ਨੱਥ ਪਾਈ ਜਾ ਰਹੀ? ਉਹਨਾਂ ਨੂੰ ਤਾਂ ਪਾਉਂਦੇ ਨਹੀਂ ਜੀ, ਇਹ ਤਾਂ ਛੋਟੇ ਖਾਣੇ ਵਾਲਿਆਂ ਨੂੰ ਫੜਦੇ ਆ, ਜੇ ਫੜਨਾ ਵੀ ਹੈ ਬਾ ਉਹਨਾਂ ਨਾਲ ਇਹਨਾਂ ਨੂੰ 4 ਪੈਸੇ ਲੈ ਕੇ ਫੇਰ ਛੱਡ ਦਿੰਦੇ ਆ। ਇਹਨਾਂ ਦਾ ਕੋਈ ਉਹ ਨਹੀਂ ਹੈ ਵੀ ਬੜੇ ਜਿਹੜੇ ਇੱਧਰ ਭੇਜਦੇ ਆ ਉਹਨਾਂ ਨੂੰ ਕੋਈ ਨਹੀਂ ਫੜਦਾ ਹੈ, ਇਹ ਸਭ ਇਹਨਾਂ ਦੇ ਆਪਸ ਵਿੱਚ ਮਿਲੀ ਭੁਗਤ ਹੈ। ਅੱਛਾ, ਜਿਵੇਂ ਨਿਤ ਦਿਨ ਖਬਰਾਂ ਆਉਂਦੀਆਂ ਨੇ ਕਿ ਇੰਨੇ ਦੀ ਰਿਕਵਰੀ ਹੋਈ ਹੈ ਨਸ਼ੇ ਦੀ, ਨਸ਼ਾ ਫੜਿਆ ਗਿਆ, ਹੈਰੋਇਨ ਫੜੀ ਗਈ ਹੈ, ਡਰੱਗ ਮਨੀ ਫੜੀ ਗਈ ਹੈ, ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਹੈਗੀਆਂ ਨੇ ਪੰਜਾਬ ਪੁਲਿਸ ਉਹਨਾਂ ਕਾਰਵਾਈਆਂ ਦੇ ਨਾਲ ਪੂਰੇ ਤੌਰ 'ਤੇ ਨਸ਼ਾ ਖਤਮ ਕਰ ਸਕਦੀ ਹੈ? ਨਹੀਂ ਜੀ, ਨਸ਼ਾ ਨਹੀਂ ਜੀ ਖਤਮ ਕਰ ਸਕਦੀ, ਹੋਰ ਜੋ ਕੋਈ ਮਰਜ਼ੀ ਕਰੀ ਜਾਵੇ ਨਸ਼ਾ ਤਾਂ ਕਦੇ ਵੀ ਖਤਮ ਨਹੀਂ ਹੋ ਸਕਦਾ। ਕਾਰਨ ਕੀ ਹੈਗਾ, ਕਿਉਂ ਨਹੀਂ ਖਤਮ ਹੋ ਸਕਦਾ? ਇਹ ਬੜੇ ਲੀਡਰ ਆ ਜਿਹੜੇ ਸਭ ਇਹ ਵਿੱਚ ਮਿਲੇ ਹੋਏ ਆ, ਇਹ ਵੇਚ ਨਾਲ ਵਿਕਾ ਰਹੇ ਹੈ। ਅੱਛਾ, ਜਿਹੜੇ ਸਿਆਸਤਦਾਨ ਹੈਗੇ ਨੇ ਜਾਂ ਉਹ ਪੰਜਾਬ ਪੁਲਿਸ ਜਾਂ ਉਹ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਨਾਲ ਮਿਲ ਕੇ ਵਿਕਾਉਂਦੇ ਨੇ? ਮਿਲ ਕੇ ਵਿਕਦਾ ਇਹ ਸਾਰਾ ਕੁਛ, ਸਾਰਾ ਨਸ਼ਾ, ਬਿਨਾਂ ਮਿਲੀ ਭੁਗਤ ਕੋਈ ਕੰਮ ਨਹੀਂ ਚੱਲਦਾ। ਅੱਛਾ, ਜੇਕਰ ਪੁਲਿਸ ਮੁਲਾਜ਼ਮਾਂ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਖੁਦ ਮੁਖਤਿਆਰੀ ਦੇ ਦਿੱਤੀ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਜਿਹੜੀ ਹੈਗੀ ਹੈ ਨਸ਼ੇ ਦੇ ਉੱਤੇ ਨੱਥ ਪਾ ਦੇਣਗੇ, ਕਿਉਂਕਿ ਖੁਦ ਮੁਖਤਿਆਰੀ ਦੀ ਗੱਲ ਵੀ ਕੀਤੀ ਜਾਂਦੀ ਹੈਗੀ ਹੈ? ਨਹੀਂ ਜੀ, ਮੁਸ਼ਕਲ ਹੈ ਜੀ, ਪੁਲਿਸ ਵਾਲੇ ਵੀ ਆਪ ਵਿੱਚ ਮਿਲ ਜਾਂਦੇ ਆ, ਇਹਨਾਂ ਨੂੰ ਵੀ ਆਏ ਆ ਵੀ ਸਾਨੂੰ ਪੈਸੇ ਮਿਲਣੇ ਚਾਹੀਦੇ, ਸਾਨੂੰ ਕਿਆ ਲੋੜ। ਇੱਥੇ ਸਾਡੇ ਪਿੰਡ ਦਾ ਹੀ ਹੈ ਉਹ ਹਲੇ ਉਸ ਦਾ ਮੁੰਡਾ ਨਾਬਾਲਗ, ਉਹ ਤਾਂ ਕਰਕੇ ਚਿੱਟੇ ਵਿੱਚ ਫੜ ਵੀ ਹੋ ਗਿਆ ਤਾਂ ਉਹ ਫਿਰ ਛੱਡਤੇ ਇਹਨਾਂ ਨੇ, ਨਹੀਂ ਛੱਡਣਾ ਨਹੀਂ ਤਾਂ ਚਾਹੀਦਾ ਵੀ ਅਕਸਰ ਨੂੰ ਉਹਨੂੰ ਮਾੜਾ ਵੀ ਨਾਬਾਲਗ ਹੈ ਹਾਲੇ, ਛਡਾ ਲਓ ਵੀ ਹੋਰ ਚੜ੍ਹ ਜਾਵੇ ਉਹ। ਉਹ ਮੁੰਡੇ ਨੇ ਇੱਥੇ ਕਈ ਮੁੰਡੇ ਖਰਾਬ ਕਰੇ ਵੀ, ਇੱਕ ਮੁੰਡਾ ਮਰ ਵੀ ਲਿਆ। ਅੱਛਾ ਜੀ, ਇਸੇ ਕਾਰਨ? ਹਾਂ, ਇਸੇ ਕਾਰਨ ਮਰਿਆ ਜੀ। ਤੁਹਾਡੇ ਪਿੰਡ ਦਾ ਮੁੰਡਾ ਸੀਗਾ? ਅੱਛਾ, ਪੁਲਿਸ ਨੇ ਉਦੋਂ ਵੀ ਕੋਈ ਕਾਰਵਾਈ ਨਹੀਂ ਕੀਤੀ? ਕੋਈ ਨਹੀਂ ਕਰੀ ਹੈ ਜੀ। ਅੱਛਾ, ਜਿਨ੍ਹਾਂ ਦਾ ਹੈਗਾ ਸੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਕਾਰਵਾਈ ਕੀਤੀ ਜਾਵੇ? ਉਹਨਾਂ ਨੂੰ ਕਿਹੜਾ ਪਤਾ ਤਾਂ ਵੀ ਇਹ ਚਿੱਟਾ ਪੀਂਦਾ ਕਿਆ ਕਰਦਾ, ਉਹ ਤਾਂ ਗਿਆ ਵਾ ਭਾਗੋ ਮਾਜਰੇ ਐਕਸੀਡੈਂਟ ਹੋ ਕੇ ਮਰ ਗਿਆ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਗੁਰਮੀਤ ਸਿੰਘ। ਅੱਛਾ ਗੁਰਮੀਤ ਜੀ, ਜਿਵੇਂ ਕਿਹਾ ਜਾਂਦਾ ਕਿ ਪੁਲਿਸ ਨੂੰ ਜੇਕਰ ਖੁਦ ਮੁਖਤਿਆਰੀ ਦੇ ਦਿੱਤੀ ਜਾਵੇ ਤਾਂ ਨਸ਼ਾ ਪੁਲਿਸ ਹੈ ਜਿਹੜੀ ਉਹ ਖਤਮ ਕਰ ਦੇਵੇਗੀ, ਕਿਉਂਕਿ ਕਾਰਵਾਈ ਪੁਲਿਸ ਦੇ ਵੱਲੋਂ ਸਖਤ ਕੀਤੀ ਜਾਵੇਗੀ ਨਸ਼ੇ ਦੇ ਵੱਲੋਂ, ਤੁਹਾਨੂੰ ਲੱਗਦਾ ਕਿ ਨਸ਼ਾ ਪੁਲਿਸ ਖਤਮ ਕਰ ਸਕਦੀ ਹੈ ਜੇਕਰ ਖੁਦ ਮੁਖਤਿਆਰੀ ਦਿੱਤੀ ਜਾਵੇ? ਯਾਰ, ਇਹ ਤਾਂ ਉਹਨਾਂ ਨੂੰ ਇਹ ਪਤਾ, ਆਪਾਂ ਕੁਛ ਨਹੀਂ ਕਹਿ ਸਕਦੇ। ਅੱਛਾ, ਤੁਹਾਨੂੰ ਲੱਗਦਾ ਕਿ ਸਿਆਸੀ ਆਗੂ ਨੇ ਜਿਹੜੇ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਸ਼ਾ ਖਤਮ ਕਰਨਾ ਚਾਹੁੰਦੇ ਨੇ ਜਾਂ ਫਿਰ ਸਿਰਫ ਤੋਂ ਸਿਰਫ ਦਾਅਵੇ ਹੈਗੇ ਨੇ ਜੋ ਪਿਛਲੇ ਸਮੇਂ ਦੇ ਵਿੱਚ ਘਟਨਾਵਾਂ ਨਸ਼ੇ ਨੂੰ ਲੈ ਕੇ ਸਾਹਮਣੇ ਆਈਆਂ ਨੇ? ਉਹੀ ਨਹੀਂ ਹੋਣ ਦਿੰਦੇ ਨਸ਼ੇ ਖਤਮ,
ਸਿਆਸਤ? ਹਾਂ ਸਿਆਸਤ। ਅੱਛਾ, ਕਾਰਨ ਕੀ ਮੰਨਦੇ ਹੋ ਕਿ ਕਿਉਂ ਨਹੀਂ ਖਤਮ ਹੋਣ ਦਿੰਦੇ? ਬਈ ਤੁਹਾਨੂੰ ਨਹੀਂ ਪਤਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਭਾਈ, ਕੀ ਨਾਮ ਹੈ ਤੁਹਾਡਾ? ਪ੍ਰਕਾਸ਼ ਸਿੰਘ ਜੀ। ਅੱਛਾ ਪ੍ਰਕਾਸ਼ ਜੀ, ਜਿਵੇਂ ਗੱਲ ਕੀਤੀ ਜਾਵੇ ਇਸ ਪਿੰਡ ਦੀ, ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕੁ ਨੌਜਵਾਨ ਜੇ ਨਸ਼ਾ ਕਰਦੇ ਨੇ, ਜਾਂ ਫਿਰ ਸਰਕਾਰ ਨਸ਼ੇ ਨੂੰ ਰੋਕਣ ਦੇ ਲਈ ਕੀ ਕੁਛ ਕਾਰਵਾਈਆਂ ਕਰ ਰਹੀ ਹੈ ਤੁਹਾਡੇ ਮੁਤਾਬਿਕ? ਸਰਕਾਰ ਤਾਂ ਕਰਦੇ ਨਹੀਂ ਜੀ, ਜੇ ਸਰਕਾਰ ਕਰੇ ਫਿਰ ਤਾਂ ਸਭ ਕੁਝ ਬੰਦ ਹੋ ਸਕਦਾ। ਮਿਲ ਕੇ ਕੰਮ ਚੱਲ ਰਿਹਾ ਜੀ, ਫੜ ਲੈਣਾ ਪੈਸੇ ਲੈ ਛੱਡ ਦੇਣਾ, ਜੇ ਰੋਕਿਆ ਤਾਂ ਰੁਕ ਸਕਦੇ ਜੀ, ਜੇ ਪੁਲਿਸ ਸਖਤਾਈ ਕਰੇ ਫਿਰ ਤਾਂ ਰੁਕੂਗਾ। ਅੱਛਾ, ਜੇਕਰ ਪੁਲਿਸ ਪ੍ਰਸ਼ਾਸਨ ਸਖਤੀ ਵਰਤੇ ਤਾਂ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਨਸ਼ੇ ਨੂੰ ਰੋਕਿਆ ਜਾ ਸਕਦਾ? ਹਾਂਜੀ, ਰੋਕਿਆ ਜਾ ਸਕਦਾ ਜੀ ਫਿਰ ਤਾਂ। ਹਾਂਜੀ। ਅੱਛਾ, ਫਿਰ ਸਖਤਾਈ ਕਿਉਂ ਨਹੀਂ ਕਰਦੀ, ਹਾਲਾਂਕਿ ਦਾਅਵੇ ਪੰਜਾਬ ਪੁਲਿਸ ਕਰਦੀ ਹੈ ਕਿ ਅੱਜ ਇਹ ਨਸ਼ਾ ਤਸਕਰ ਫੜਿਆ, ਜੋ ਫੜਿਆ, ਤੁਹਾਨੂੰ ਕੀ ਲੱਗਦਾ ਕਿ ਉਸ ਤੋਂ ਬਾਵਜੂਦ ਵੀ ਨਸ਼ਾ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਵਿਕ ਰਿਹਾ, ਕੋਈ ਰੋਕ ਨਹੀਂ ਲੱਗ ਰਹੀ? ਨਸ਼ਾ ਤਾਂ ਵੱਧ ਗਿਆ ਜੀ ਸਮਾਂ ਅੱਗੇ, ਉਹ ਪੈਸੇ ਬਣਾ ਰਹੇ ਜੀ ਪੁਲਿਸ ਵਾਲੇ, ਪੈਸਾ ਲਿਆ ਆਪਣਾ ਛੱਡ ਤਿਆ, ਨਸ਼ੇ ਤਾਂ ਵੱਧ ਹੋ ਗਏ ਜੀ ਸਮਾਂ ਅੱਗੇ ਨਾਲ, ਬਹੁਤ ਨਸ਼ਾ ਵਧਿਆ ਵਾ ਜੀ ਪਹਿਲੇ ਤਾਂ, ਕੰਮ ਤਾਂ ਨਸ਼ਾ ਹੁਣ ਤਾਂ ਬਹੁਤ ਵੱਧ ਗਿਆ ਜੀ ਨਸ਼ਾ। ਹਾਂਜੀ। ਅੱਛਾ, ਜਿਵੇਂ ਕਿਹਾ ਜਾ ਬਿੱਲੇ ਆ ਜੀ, ਮੁੰਡੇ ਨੌਕਰੀ ਨਹੀਂ ਮਿਲਦੀ, ਇਸ ਕਰਕੇ ਜ਼ਿਆਦਾ ਬਿੱਲੇ ਨਸ਼ੇ ਨੁਸ਼ੇ ਮੈਂ ਲੱਗ ਗਏ। ਅੱਛਾ, ਇੱਕ ਕਾਰਨ ਇਹ ਹੈਗਾ ਕਿ ਰੁਜ਼ਗਾਰ ਨਹੀਂ ਮਿਲ ਰਿਹਾ, ਜਿਹਦੀ ਵਜ੍ਹਾ ਦੇ ਨਾਲ ਨੌਜਵਾਨ ਨਸ਼ੇ ਦੀ ਲੱਤ ਦੇ ਵਿੱਚ ਲੱਗ ਜਾਂਦੇ ਨੇ। ਹਾਂਜੀ, ਵਿਹਲੇ ਐਂ ਵਿਹਲੇ ਪਾ, ਫਿਰ ਹੋਰ ਤਾਂ ਕੋਈ ਸੁਵਿਧਾ ਨਹੀਂ, ਆਪਣਾ ਨਸ਼ਾ ਪੱਤਾ ਬਾਹਰ ਸੁੱਖਾ ਮਿਲੀ ਜਾਂਦੇ, ਹੋਰ ਆਪਣਾ ਖਾਈ ਜਾਂਦੇ ਜੀ। ਅੱਛਾ, ਇਸ ਪਿੰਡ ਦੀ ਜੇਕਰ ਗੱਲ ਕਰੀਏ ਤਾਂ ਕਿੰਨੇ ਨੌਜਵਾਨ ਹੈਗੇ ਨੇ, ਜਾਂ ਫਿਰ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ, ਕਿਹੜੇ ਕਿਹੜੇ ਕਿੰਨੇ ਕੁ ਨੌਜਵਾਨ ਜਿਹੜੇ ਨੇ ਉਹ ਜਿਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਹੈਗਾ? ਨਵੇਂ ਮੁੰਡੇ ਦਾ ਜੀ ਹੁਣ ਸਾਰੇ ਵਿਹਲੇ ਹੀ ਹੈ। ਹਾਂਜੀ, ਨਵੇਂ ਤਾਂ ਮਿਲਦੀ ਨਹੀਂ ਹੁਣ ਨੌਕਰੀ। ਹਾਂਜੀ। ਅੱਛਾ, ਕਾਰਨ ਕੀ ਮੰਨਦੇ ਹੋ ਕਿ ਇੱਕ ਪਾਸੇ ਰੁਜ਼ਗਾਰ ਨਹੀਂ ਮਿਲ ਰਿਹਾ, ਦੂਜੇ ਪਾਸੇ ਨੌਜਵਾਨ ਨਸ਼ੇ ਦੇ ਵਿੱਚ ਲੱਗ ਰਹੇ ਨੇ? ਸਿਆਸਤ ਕਹਿੰਦੀ ਹੈ ਕਿ ਘਰ ਘਰ ਰੁਜ਼ਗਾਰ ਦਿੱਤਾ ਜਾਵੇਗਾ, ਅਤੇ ਨਾਲ ਦੀ ਨਾਲ ਸਿਆਸਤ ਇਹ ਵੀ ਕਹਿੰਦੀ ਹੈ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕੀਤਾ ਜਾਵੇਗਾ। ਤੁਹਾਨੂੰ ਲੱਗਦਾ ਕਿ ਰੁਜ਼ਗਾਰ ਮਿਲਿਆ ਅਤੇ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਹੋਇਆ? ਨਾ ਜੀ, ਨਾ ਬਿਲਕੁਲ ਨਹੀਂ, ਸਮਾਂ ਨਸ਼ਾ ਵਧਿਆ ਜੀ ਅੱਗੇ ਨਾਲੋਂ। ਹਾਂਜੀ, ਰੁਜ਼ਗਾਰ ਮਿਲਿਆ? ਨਾ ਜੀ, ਨਾ ਕੋਈ ਰੁਜ਼ਗਾਰ ਨਹੀਂ, ਸਭ ਵਿਹਲੇ ਫਿਰ ਰਹੇ ਜੀ। ਅੱਛਾ, ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ, ਹਾਲਾਂਕਿ ਪੰਜਾਬ ਪੁਲਿਸ ਦਾ ਦਾਅਵਾ ਹੈਗਾ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਿੰਡਾਂ ਸ਼ਹਿਰਾਂ ਦੇ ਵਿੱਚ ਨਾਕੇ ਲਗਾ ਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ, ਤੁਹਾਨੂੰ ਲੱਗਦਾ ਕਿ ਜਿਹੜੇ ਨਾਕਿਆਂ ਦੇ ਉੱਤੇ ਨਸ਼ਾ ਤਸਕਰਾਂ ਨੂੰ ਰੋਕਿਆ ਜਾਂਦਾ ਹੈ, ਉਹੀ ਪੰਜਾਬ ਦੇ ਵਿੱਚ ਅਸਲ ਮਾਇਨੇ ਦੇ ਵਿੱਚ ਨਸ਼ਾ ਵੇਚਦੇ ਨੇ, ਜਾਂ ਫਿਰ ਨਸ਼ੇ ਵੇਚਣ ਵਾਲੇ ਕਿਤੇ ਹੋਰ ਬੈਠੇ ਨੇ? ਬੜੇ ਲੋਕ ਵੇਚ ਰਹੇ ਜੀ, ਫੜਦੇ ਤਾਂ ਉਹ ਗਰੀਬ ਬੰਦੇ ਨੂੰ ਫੜਦੇ, ਜਿਹੜਾ ਵਿਚਾਰਾ ਖਾਣੇ ਵਾਲਾ ਕੋਈ ਪਾਈ ਆ ਸਰ, ਉਹਨੂੰ ਫੜ ਲੈਂਦੇ, ਮੋਟੇ ਬੰਦੇ ਨੂੰ ਤਾਂ ਫੜਦੇ ਹੀ ਕੋਈ ਨਹੀਂ, ਸਭ ਮਿਲ ਕੇ ਪੈਸੇ ਬਣਾ ਰਹੇ ਬਸ ਜੀ, ਛੱਡ ਦੇਣਾ ਵਜਾਦੇ ਬਸ ਜੀ। ਬਹੁਤ ਬਹੁਤ ਧੰਨਵਾਦ। ਸੋ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਬਜ਼ੁਰਗ ਵੀ ਸਾਡੇ ਨਾਲ ਹੈਗੇ ਨੇ, ਨੌਜਵਾਨ ਵੀ ਹੈਗੇ ਨੇ, ਹਰ ਸੰਭਵ ਕੋਸ਼ਿਸ਼ ਦਾ ਪੰਜਾਬ ਪੁਲਿਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਨਸ਼ਾ ਜਲਦ ਖਤਮ ਕੀਤਾ ਜਾਵੇਗਾ ਪੰਜਾਬ ਦੇ ਵਿੱਚ। ਨਸ਼ੇ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਸਿਆਸਤਦਾਨ ਵੀ ਕਰਦੇ ਨੇ, ਪਰ ਜਿਵੇਂ ਦੀਆਂ ਗੱਲਾਂ ਇਹਨਾਂ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨਸ਼ਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਅਤੇ ਨਾਲ ਦੀ ਨਾਲ ਸਿਆਸੀ ਦਬਾਅ ਵੀ ਪੰਜਾਬ ਪੁਲਿਸ ਦੇ ਉੱਤੇ ਲਗਾਤਾਰ ਬਣਿਆ ਹੋਇਆ, ਜਿਸ ਕਾਰਨ ਨਸ਼ਾ ਤਸਕਰਾਂ ਨੂੰ ਜਾਂ ਨਸ਼ੇ ਨੂੰ ਠੱਲ ਨਹੀਂ ਪੈ ਰਹੀ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਲਗਾਤਾਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਅਤੇ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਪੰਜਾਬ ਪੁਲਿਸ ਦਾ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ, ਉਹਨਾਂ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਪਿੰਡ ਦੇ ਵਿੱਚ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਹੈ, ਬਜ਼ੁਰਗਾਂ ਦਾ ਲਗਾਤਾਰ ਪੰਜਾਬ ਪੁਲਿਸ ਦੇ ਉੱਤੇ ਸਵਾਲ ਹੈਗਾ ਕਿ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਦੀ ਵਜ੍ਹਾ ਦੇ ਨਾਲ ਨਸ਼ਾ ਖਤਮ ਨਹੀਂ ਹੋ ਰਿਹਾ, ਅਤੇ ਕੁਝ ਹੋਰ ਬਜ਼ੁਰਗ ਵੀ ਸਾਡੇ ਨਾਲ ਹੈਗੇ ਨੇ, ਉਹਨਾਂ ਤੋਂ ਜਾਣਦੇ ਆ ਕਿ ਆਖਿਰ ਪੰਜਾਬ ਦੇ ਵਿੱਚ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਪ੍ਰੀਤਮ ਸਿੰਘ ਜੀ। ਅੱਛਾ ਪ੍ਰੀਤਮ ਜੀ, ਜਿਵੇਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਹੈਗੀ ਹੈ, ਤੁਹਾਨੂੰ ਲੱਗਦਾ ਕਿ ਸਹੀ ਕੰਮ ਕਰਦੀ ਹੈ ਪੰਜਾਬ ਪੁਲਿਸ, ਉਸ ਤੋਂ ਬਾਅਦ ਵੀ ਜੇਕਰ ਨਸ਼ੇ ਨੂੰ ਦੇਖਿਆ ਜਾਵੇ ਤਾਂ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ? ਜੇ ਸਹੀ ਕੰਮ ਕਰਦਾ ਨਸ਼ਾ ਵਿਕ ਨਹੀਂ ਸਕਦਾ ਹੈ, ਜੇ ਸਹੀ ਕੰਮ ਹੋਵੇ ਤਾਂ ਨਸ਼ਾ ਵਿਕ ਨਹੀਂ ਸਕਦਾ ਹੈ ਨਹੀਂ। ਜਦ ਕਿਸੇ ਨੇ ਮਤਲਬ ਲਿਆਂਦਾ, ਉਹ ਫੜ ਲਿਆ ਮੇਰੇ ਵਰਗਾ, ਪੈਸੇ ਲੈ ਛੱਡ ਲਿਆ ਕਹਿੰਦੇ ਜੀ। ਨਸ਼ਾ ਬੰਦ ਉਦੋਂ ਹੋਣਾ ਜਿੱਥੋਂ ਸਿਰ ਉਦੋਂ ਨਸ਼ਾ ਚੱਲਦਾ ਹੈ, ਗਾਹਾਂ ਦੇ ਗਾਹਾਂ ਮੈਂ ਫੜਿਆ ਤੂੰ ਫੜਿਆ, ਉਹ ਗਾਹਾਂ ਦੇ ਗਾਹਾਂ ਫੜਦੇ ਚਲੇ ਜਾਂਦੇ, ਕਿੱਥੋਂ ਆ ਰਹੇ ਕਿੱਥੋਂ ਨਹੀਂ, ਤਾਂ ਫੜਨ ਦਾ ਪੈਸੇ ਲੈ ਕੇ ਤਾਂ ਗੱਡੀਆਂ ਦਿਖਾਉਂਦੇ ਇਹ ਕਹਿੰਦੇ ਜੀ। ਅੱਛਾ, ਕਾਰਨ ਕੀ ਮੰਨਦੇ ਹੋ ਕਿ ਕਿਹਾ ਜਾਂਦਾ ਕਿ ਨਸ਼ਾ ਪਾਕਿਸਤਾਨ ਤੋਂ ਆਉਂਦਾ ਹੈ, ਨਸ਼ਾ ਰਾਜਸਥਾਨ ਤੋਂ ਆਉਂਦਾ, ਇਸ ਤਰ੍ਹਾਂ ਦੇ ਇਲਜ਼ਾਮ ਵੀ ਸ਼ੁਰੂ ਹੋ ਜਾਂਦੇ ਨੇ? ਇਹ ਤਾਂ ਇਹਨਾਂ ਨੂੰ ਪਤਾ ਜੀ ਜਿਹੜੇ ਮੰਗਵਾ ਰਹੇ ਹੈ, ਇਹ ਸਾਨੂੰ ਨਹੀਂ ਪਤਾ ਵੀ ਕਿੱਥੋਂ ਆਉਂਦਾ ਕਿੱਥੋਂ ਨਹੀਂ, ਅਸੀਂ ਤਾਂ ਆਪਣੀਆਂ ਅੱਖਾਂ 'ਤੇ ਦੇਖਿਆ ਵੀ ਨਹੀਂ ਹੈ, ਠੀਕ ਹੈ ਨਹੀਂ ਨਾ।
ਜਿਵੇਂ ਗੱਲ ਕੀਤੀ ਜਾਂਦੀ ਹੈ, ਸਰਕਾਰ ਵੀ ਦਾਅਵਾ ਕਰਦੀ ਹੈ ਕਿ ਨਸ਼ੇ ਨੂੰ ਰੋਕਣ ਦੇ ਲਈ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾਵੇਗੀ, STF ਦਾ ਗਠਨ ਕੀਤਾ ਗਿਆ, ਸਾਰੀਆਂ ਟੀਮਾਂ ਬਣਾ ਲਈਆਂ ਜਾਂਦੀਆਂ ਨੇ, ਉਸ ਤੋਂ ਬਾਅਦ ਵੀ ਕੁਝ ਦਿਨ ਕਾਰਵਾਈ ਸਾਹਮਣੇ ਆਉਂਦੀ ਹੈ, ਉਸ ਤੋਂ ਬਾਅਦ ਫਿਰ ਇੱਕ ਵਾਰੀ ਚੁੱਪ ਵੱਟ ਲੈਂਦੀ ਹੈ ਸਰਕਾਰ ਜਾਂ ਵੱਟਣੀ, ਜਦੋਂ ਬੜਾ ਆਦਮੀ ਮੂਹਰੇ ਆਉਂਦਾ ਪਛਾੜ ਜਾਂਦੇ ਅਗਲੇ, ਛੋਟਿਆਂ ਨੂੰ ਅੰਦਰ ਕਰੀ ਜਾਣਾ, ਬੜਾ ਆਦਮੀ ਆ ਗਿਆ ਚਲੋ ਲੈਟ ਆਫ ਕਰ ਦੇਣ। ਸਿਆਸਤਦਾਨ ਵੀ ਇਸ ਘੇਰੇ ਦੇ ਵਿੱਚ ਲੱਗਦੇ ਨੇ, ਇਹਨਾਂ ਦੇ ਕਾਰਨ ਦਾ ਵਿਕਦਾ ਗਾ। ਅੱਛਾ, ਜੇਕਰ ਪੁਲਿਸ ਚਾਹੇ ਤਾਂ ਸਿਆਸਤਦਾਨਾਂ ਦੇ ਉੱਤੇ ਵੀ ਤਾਂ ਕਾਰਵਾਈ ਕਰ ਸਕਦੀ ਹੈ, ਕਰਨਾ ਚਾਹੇ ਤਾਂ ਇਹ ਤਾਂ 100 ਸਾਲ ਦੇ ਕੇਸ ਨੂੰ ਕੱਢ ਲੈਂਦੀ ਹੈ, ਡੱਬੇ ਦੇ ਨੂੰ ਕੱਢਦੇ ਕਿਉਂ ਨਹੀਂ ਫਿਰ, ਬਸ ਦਬਾਓ ਜਾਂ ਦਬਾਓ ਉੱਪਰ ਹੈਗਾ ਤਾਂ ਹੀ ਦਬਿਆ ਰਹਿੰਦਾ ਹੈਗਾ। ਪਰ ਅਖਬਾਰਾਂ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਜਾਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਕਾਰਵਾਈ ਕਿਤੇ ਨਾ ਕਿਤੇ ਦੇਖੀ ਜਾਂਦੀ ਹੈ, ਨਾਕੇਬੰਦੀ ਦੌਰਾਨ ਨਸ਼ੇ ਤਸਕਰ ਫੜੇ ਜਾਂਦੇ ਨੇ, ਨਸ਼ਾ ਕਾਬੂ ਵੀ ਕੀਤਾ ਜਾਂਦਾ ਹੈ ਅਤੇ ਉਹ ਨਸ਼ਾ ਬਰਾਮਦ ਕਰਕੇ ਪੰਜਾਬ ਪੁਲਿਸ ਜ਼ਬਤ ਵੀ ਕਰ ਲੈਂਦੀ ਹੈ, ਉਸ ਤੋਂ ਬਾਅਦ ਵੀ ਫਿਰ ਕਾਰਵਾਈ ਕਿਉਂ ਨਹੀਂ ਹੁੰਦੀ? ਜ਼ਬਤ ਕਰ ਲੈਂਦੀ ਹੈ, ਜਿੰਨਾ ਫੜਿਆ ਸਾਨੂੰ ਦੱਸਿਆ ਵੀ ਹੈ ਕਿੱਥੇ ਪਿਆ ਉਹ, ਉੱਥੋਂ ਹੀ ਸਪਲਾਈ ਫੇਰ ਹੋ ਜਾਂਦਾ ਗਾ। ਅੱਛਾ, ਜੋ ਉਹਨਾਂ ਨੇ ਫੜਿਆ ਹੁੰਦਾ ਉਸ ਤੋਂ ਫਿਰ ਸਪਲਾਈ ਚੱਲ ਪੈਂਦੀ ਤੁਹਾਡੇ ਮੁਤਾਬਿਕ? ਦੱਸਿਆ ਕਿੱਥੇ ਪਿਆ ਰੱਖਿਆ ਵਾ, ਦੱਸਿਆ ਸੀ ਵੀ ਆਹ ਪਿਆ, ਜੇ ਕੁਇੰਟਲ ਫੜਿਆ ਉੱਥੇ 20 ਕਿਲੋ ਨਹੀਂ ਮਿਲਣਾ ਹੈ, ਕਹਿੰਦੇ ਉੱਥੋਂ ਹੀ ਵਿਕੀ ਜਾਂਦਾ ਹੈਗਾ। ਅੱਛਾ, ਜੋ ਬਰਾਮਦ ਕੀਤਾ ਹੁੰਦਾ ਹੈ ਪੁਲਿਸ ਉਹਦੇ ਵਿੱਚੋਂ ਕੱਢ ਕੱਢ ਕੇ ਵੇਚ ਜਾਂਦਾ ਗਾ, ਉਹਦੇ ਵਿੱਚੋਂ ਵੀ ਵਪਾਰੀ ਜਾਂਦਾ ਗਾ ਜੀ। ਇਹ ਨਸ਼ੇ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ ਅਤੇ ਜਾਣਦੇ ਹਾਂ ਕਿ ਆਖਿਰ ਕਾਰਵਾਈ ਤੋਂ ਬਾਅਦ ਵੀ ਨਸ਼ਾ ਕਿਉਂ ਨਹੀਂ ਜਿਹੜਾ ਰੁਕ ਰਿਹਾ, ਕਿੱਥੇ ਕਮੀ ਰਹਿ ਰਹੀ ਹੈ, ਜਿਹੜੇ ਪੁਲਿਸ ਪ੍ਰਸ਼ਾਸਨਿਕ ਜਾਂ ਪੁਲਿਸ ਦੇ ਅਧਿਕਾਰੀ ਹੈਗੇ ਨੇ ਉਹਨਾਂ ਦੇ ਕਾਰਵਾਈ ਦੇ ਵਿੱਚ ਕਮੀ ਹੈ, ਜਾਂ ਪ੍ਰਸ਼ਾਸਨ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਜੋ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਢਿੱਲ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਗੁਰਦਰਸ਼ਨ ਸਿੰਘ ਜੀ। ਅੱਛਾ ਗੁਰਦਰਸ਼ਨ ਜੀ, ਜਿਵੇਂ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਜਿਹੜੀ ਕਾਰਵਾਈ ਹੈਗੀ ਹੈ ਪੰਜਾਬ ਪੁਲਿਸ ਦੀ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਕਿਉਂਕਿ ਜਦੋਂ ਵੱਡੇ ਮਗਰਮੱਛ ਆਉਂਦੇ ਨੇ ਜਾਂ ਫਿਰ ਵੱਡੇ ਸਿਆਸਤਦਾਨਾਂ ਦੇ ਉੱਤੇ ਗੱਲ ਆਉਂਦੀ ਹੈ ਤਾਂ ਗੱਲ ਨੂੰ ਉਲਟਾ ਦਿੱਤਾ ਜਾਂਦਾ ਹੈ, ਕਾਰਵਾਈ ਰੋਕ ਦਿੱਤੀ ਜਾਂਦੀ ਹੈ। ਲੱਗਦਾ ਕਿ ਇਸੇ ਤਰ੍ਹਾਂ ਹੀ ਕਾਰਵਾਈ ਪੁਲਿਸ ਪੰਜਾਬ ਪੁਲਿਸ ਦੀ ਹੈਗੀ ਹੈ? ਹਾਂਜੀ ਹਾਂਜੀ, ਇਸ ਤਰ੍ਹਾਂ ਹੀ ਹੈ ਜੀ। ਤੁਸੀਂ ਆਮ ਬੰਦਾ ਕੋਈ ਸਿੰਪਲ ਐਪਲੀਕੇਸ਼ਨ ਵੀ ਦੇ ਦੇਵੇ, ਉਹਦੇ 'ਤੇ ਕਾਰਵਾਈ ਨਹੀਂ ਹੁੰਦੀ, ਠੀਕ ਹੈ ਜੀ? ਆਪ ਕੋਈ ਬੰਦਾ ਰਹੀਸ ਹੈ ਜਾਂ ਕੋਈ ਸਿਆਸੀ ਜਿਹਦਾ ਕੈਰੀਅਰ ਹੈ, ਉਹ ਬੰਦਾ ਐਪਲੀਕੇਸ਼ਨ ਦੇ ਦੇਵੇ ਨਾ, ਜਦੋਂ ਪੰਜਾਬ ਪੁਲਿਸ ਬੰਦੇ ਨੂੰ ਆ ਕੇ ਅਰੈਸਟ ਕਰ ਲਈ ਜੂਗੀ। ਤੁਸੀਂ ਸਿੰਪਲ ਬੰਦਾ ਕੋਈ ਆਪ ਦੇਖੇ ਦੇਖ ਲਓ, ਅਸੀਂ ਪੰਚਾਇਤ ਕਿਹਨੂੰ ਦੇਈ ਹੋਈ ਹੈ ਐਪਲੀਕੇਸ਼ਨ, ਉਹਦੇ 'ਤੇ ਕਾਰਵਾਈ ਨਹੀਂ ਹੋ ਰਹੀ। ਅੱਛਾ, ਜੋ ਪੰਚਾਇਤ ਤੁਸੀਂ ਇਸ ਪਿੰਡ ਦੇ ਸਰਪੰਚ ਜਾਂ ਪੰਚ ਹੈਗੇ? ਪੰਚਾਇਤ ਮੈਂਬਰ ਹੈ ਜੀ। ਅੱਛਾ, ਪੰਚਾਇਤ ਮੈਂਬਰ ਹੈਗੇ ਜੇ। ਅੱਛਾ, ਤੁਹਾਡੇ ਮੁਤਾਬਿਕ ਕਿਹਾ ਜਾ ਰਿਹਾ ਕਿ ਜੇ ਪੰਚਾਇਤ ਵੀ ਲਿਖ ਕੇ ਦੇਵੇ ਤਾਂ ਕਾਰਵਾਈ ਨਹੀਂ ਹੁੰਦੀ ਜੀ? ਅੱਛਾ, ਮਤਲਬ ਕਿਤੇ ਨਾ ਕਿਤੇ ਸਿਆਸਤ ਨੂੰ ਮੋਹਰੀ ਬਣਾਇਆ ਹੋਇਆ ਹੈਗਾ? ਸਿਆਸਤ ਦੇ ਥਰੂ ਚੱਲ ਰਿਹਾ ਜੀ ਸਾਰਾ ਸਿਸਟਮ, ਉਹ ਸਿਆਸਤ ਅਫਸਰਾਂ 'ਤੇ ਕਾਰਵਾਈ, ਉਹਨਾਂ ਜੇ ਉਹਨਾਂ ਨੇ ਕਹਿਣਾ ਹੈ ਤਾਂ ਕਾਰਵਾਈ ਹੋਣੀ ਹੈ, ਨਹੀਂ ਅਦਰਵਾਈਜ਼ ਕੋਈ ਕਾਰਵਾਈ ਨਹੀਂ ਹੋਣੀ। ਤੁਸੀਂ ਜਿੰਨਾ ਮਰਜ਼ੀ ਤੁਹਾਡੇ ਕੋਲ ਪ੍ਰੂਫ ਹੈ ਕੁਛ ਵੀ ਹੈ, ਪਰ ਤੁਹਾਨੂੰ ਕੋਈ ਸੈਟਿਸਫੈਕਸ਼ਨ ਕਰ ਨਹੀਂ ਸਕਦੇ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਜੀ, ਜੇ ਉੱਪਰੋਂ ਤੁਸੀਂ ਫੋਨ ਕਰਵਾਤੇ ਤਾਂ ਕਾਰਵਾਈ ਹੋਣੀ ਹੈ, ਨਹੀਂ ਹੋਣੀ ਨਹੀਂ। ਇਹੀ ਹੱਲ ਨਸ਼ੇ 'ਚ ਹੈ ਜੀ। ਸਰਕਾਰ ਨੂੰ ਚਾਹੀਦਾ ਪਹਿਲਾਂ ਤਾਂ ਲੋਕਾਂ ਨੂੰ ਅਵੇਅਰਨੈਸ, ਲੋਕ ਅਨਪੜ੍ਹ ਵੀ ਹੈ ਵਿੱਚ, ਪੜ੍ਹੇ ਲਿਖੇ ਘੱਟ ਹੈ, ਉਹਨਾਂ ਨੂੰ ਅਵੇਅਰਨੈਸ ਚਾਹੀਦਾ ਕਰਨਾ ਵੀ ਨਸ਼ਾ ਮਾੜਾ, ਜਾਂ ਕੋਈ ਕੈਂਪ ਲਾਉਂਦਾ ਜੀ ਅਵੇਅਰਨੈਸ ਦਾ? ਅੱਛਾ, ਜੇਕਰ ਇਸ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਨਸ਼ੇ ਨੂੰ ਲੈ ਕੇ ਕਿ ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਦੇ ਵੱਲੋਂ ਜਿਵੇਂ ਕਿਹਾ ਜਾਂਦਾ ਕਿ ਰਾਤਾਂ ਨੂੰ ਵੀ ਜਿਹੜੀ ਹੈ ਉਹ ਸੁਰੱਖਿਆ ਵਧਾਈ ਹੋਈ ਹੈ, ਨਾਕੇਬੰਦੀ ਕੀਤੀ ਜਾ ਰਹੀ ਹੈ, ਲੋਕਾਂ ਦੇ ਵਿੱਚ ਅਵੇਅਰਨੈਸ ਦੇ ਲਈ ਕੋਈ ਕੈਂਪ ਵਗੈਰਾ ਜਾਂ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ? ਸਰ ਬੁਲਾਉਂਦੇ ਜੀ, ਸਾਨੂੰ ਫੋਨ ਆਉਂਦਾ ਵੀ ਤੁਸੀਂ ਆ ਜਾਓ, ਅਸੀਂ ਚਲੇ ਜਾਂਦੇ ਆਪਣਾ ਚੌਂਕੀ ਜਾਂ ਥਾਣੇ 'ਚ ਬੁਲਾ ਲੈਂਦੇ, ਸਾਨੂੰ ਉੱਥੇ ਬੁਲਾ ਕੇ ਸਾਡੇ ਜਿਹੜੇ ਪਿੰਡ ਦੇ ਮੋਤਵਰ ਬੰਦੇ ਆ ਚੌਂਕੀਦਾਰ ਹੋ ਗਏ ਜਾਂ ਹੋਰ, ਅਸੀਂ ਲੈ ਕੇ 5-4 ਬੰਦਿਆਂ ਨੂੰ, ਉਹਨਾਂ ਨੂੰ ਕਹਿ ਦੇਣਾ ਜੀ ਤੁਸੀਂ ਨਸ਼ੇ ਸਾਡਾ ਸਾਥ ਦਿਓ, ਇੱਦਾਂ ਥੋੜ੍ਹੀ ਨਸ਼ਾ ਖਤਮ ਹੋਊਗਾ ਜੀ। ਉਹ ਸਾਨੂੰ ਦੱਸ ਦੇਣਾ, ਮੁੜ ਕੇ ਪਿੰਡ 'ਚ ਕਿਸੇ ਨੂੰ ਕੋਈ ਗੇੜਾ ਨਹੀਂ ਮਾਰਨਾ, ਕੋਈ ਪ੍ਰੋਬਲਮ ਨਹੀਂ ਹੈ, ਪੁੱਛਣਾ ਹੀ ਨਹੀਂ ਹੈ ਪਿੰਡ 'ਚ ਮੁੰਡੇ ਹੈ, ਸਕੂਲਾਂ 'ਚ ਨਹੀਂ ਜਾਣਾ ਹੈ ਵੀ ਸਕੂਲਾਂ 'ਚ ਕੀ ਮਾਹੌਲ ਹੈ। ਮੇਨ ਸ਼ੁਰੂ ਹੁੰਦਾ 10th ਤੋਂ ਬਾਅਦ ਬੱਚੇ ਜਿਹੜੇ ਉਹੀ ਇਹ ਚੱਕਰ 'ਚ ਫਸ ਜਾਂਦੇ ਆ, ਜਿਹੜੇ ਨੀਚੇ ਵਾਲੇ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਇੰਨਾ ਹਲੇ ਪਤਾ ਨਹੀਂ ਹੁੰਦਾ ਇਹਦੇ ਬਾਰੇ, ਉਹ ਜਾਂਦੇ ਵੀ ਨਹੀਂ ਇੱਧਰ ਨੂੰ। 10th ਤੋਂ ਬਾਅਦ ਜੋ ਆਪਣਾ ਸਕੂਲ 'ਚ ਜਾਂਦੇ, ਕਾਲਜ 'ਚ ਜਾਂਦੇ ਜਾਂ ਉਹਦਾ ਗੈਪ ਥੋੜ੍ਹੇ ਵੱਧਦਾ ਹੈ, ਉਹਦੇ 'ਚ ਉਲਝ ਜਾਂਦੇ ਉਹ। ਪਰ ਉੱਥੋਂ ਜੇ ਪਹਿਲੇ ਉਹਨਾਂ ਨੂੰ ਅਵੇਅਰਨੈਸ ਉੱਥੇ ਕਰਿਆ ਜਾਵੇ, ਕੈਂਪ ਲਾਏ ਜਾਣ। ਮੈਂ ਜਿਸ ਦਿਨ ਉੱਥੇ ਥਾਣੇ 'ਚ ਗਿਆ ਸੀ, ਮੈਂ ਇਹੀ ਕਿਹਾ ਸੀ ਵੀ ਬੱਚਿਆਂ ਨੂੰ ਅਵੇਅਰ ਕਰੋ ਤੁਸੀਂ ਵੀ ਜਿਹੜੇ ਰੁਕ ਜਾਣਾ ਇਹ ਕੰਮ, ਠੀਕ ਹੈ ਜੀ? ਜਦੋਂ ਇੱਕ ਵਾਰੀ ਬੱਚਾ ਉਹ 'ਚ ਫਸ ਗਿਆ ਦਲਦਲ ਵਿੱਚ, ਉਹਨੂੰ ਕੱਢਣਾ ਬਹੁਤ ਔਖਾ। ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਬਣਾਏ ਹੋਏ ਆ ਸੈਂਟਰ ਵੀ ਆਪਣਾ ਨਸ਼ਾ ਛੁਡਾਊ ਕੇਂਦਰ ਹੈ, ਉਹਨਾਂ 'ਚ ਵੀ ਕੀ ਹੈ, ਉਹ ਡਾਕਟਰ ਹੈ ਵੀ ਦਵਾਈ ਦੇ ਦਿੰਦੇ ਜੀ, ਪਤਾ ਨਹੀਂ ਕਿਆ, ਉੱਥੇ ਵੀ ਮਿਲ ਰਿਹਾ ਉਹਨਾਂ ਨੂੰ ਸਪਲਾਈ, ਕੋਈ ਹੈ ਨਹੀਂ, ਸਿਸਟਮ ਨਹੀਂ ਹੈ। ਅੱਛਾ, ਜਿਵੇਂ ਗੱਲ ਕੀਤੀ ਜਾਂਦੀ ਹੈ ਤਾਂ ਇਸ ਪਿੰਡ ਦੇ ਵਿੱਚ ਨਸ਼ੇ ਨੂੰ ਲੈ ਕੇ ਕਿੰਨੇ ਕੁ ਨੌਜਵਾਨ ਪੀੜਿਤ ਹੈਗੇ ਨੇ? ਨਹੀਂ, ਸਾਡੇ ਪਿੰਡ 'ਚ ਬਹੁਤ ਘੱਟ ਹੈ, ਕੋਈ ਵੀ ਨਹੀਂ ਹੈ ਸਾਡੇ ਪਿੰਡ 'ਚ।
ਅਸੀਂ ਤਾਂ ਵੈਸੇ ਸਾਡਾ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਤੁਹਾਨੂੰ ਥਾਣੇ ਦੇ ਵਿੱਚ ਸੱਦਿਆ ਜਾਂਦਾ ਤਾਂ ਉੱਥੇ ਗੱਲਬਾਤ ਕੀਤੀ ਜਾਂਦੀ ਕਿ ਸਾਡਾ ਸਾਥ ਦਿਓ, ਹਾਂਜੀ, ਤਾਂ ਉਦੋਂ ਜਿਵੇਂ ਤੁਸੀਂ ਸਵਾਲ ਕਰਦੇ ਹੈਗੇ ਤਾਂ ਪੁਲਿਸ ਦਾ ਜਵਾਬ ਕੀ ਹੁੰਦਾ? ਪੁਲਿਸ ਨੂੰ ਅਸੀਂ ਕਹਿੰਦੇ ਹਾਂ ਵੀ ਸਾਨੂੰ ਅਸੀਂ ਸੁਝਾਅ ਦਿੰਦੇ ਹਾਂ ਜੀ ਵੀ ਤੁਸੀਂ ਇੱਦਾਂ ਅਵੇਅਰਨੈਸ ਕਰੋ ਜੀ, ਬੱਚਿਆਂ ਨੂੰ ਕੈਂਪ ਲਾਓ ਜੀ, ਬਾਕੀ ਤੁਸੀਂ ਥੋੜ੍ਹੀ ਸਖਤਾਈ ਰੱਖੋ ਜੀ, ਤੁਸੀਂ ਕੀ ਕਾਰਵਾਈ ਕਰ ਰਹੇ ਹੋ? ਉਹ ਕਹਿੰਦੇ ਹਾਂਜੀ ਤੁਹਾਡਾ ਸਾਥ ਹੈ ਜੀ, ਅਸੀਂ ਕਰੂੰਗੇ ਜੀ, ਇਹ ਕਰੂੰਗੇ, ਤੁਸੀਂ ਆਪਣੇ ਨੰਬਰ ਲਿਖਾ ਜਾਓ, ਕੋਈ ਬਹੁਤ ਵੱਧ ਕੋਈ ਪ੍ਰੋਬਲਮ ਨਹੀਂ ਹੈ, ਕੋਈ ਹੁੰਦਾ ਹੀ ਨਹੀਂ ਮਸਲਾ ਹੱਲ। ਅੱਛਾ, ਤੁਹਾਨੂੰ ਲੱਗ ਰਿਹਾ ਕਿ ਕਿਤੇ ਨਾ ਕਿਤੇ ਦਾਅਵੇ ਹੁੰਦੇ ਨੇ ਜਾਂ ਕਾਰਵਾਈ ਦੀ ਗੱਲ ਕੀਤੀ ਜਾਂਦੀ ਹੈ, ਪਰ ਅਸਲ ਮਾਇਨੇ ਦੇ ਵਿੱਚ ਗਰਾਊਂਡ ਲੈਵਲ 'ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੈ? ਲੈਵਲ 'ਤੇ ਜੀਰੋ ਹੈ ਜੀ, ਕੋਈ ਕਾਰਵਾਈ ਨਹੀਂ, ਕੋਈ ਕੁਛ ਨਹੀਂ ਹੈ। ਜੇ ਪ੍ਰਸ਼ਾਸਨ ਕਰਨਾ ਚਾਹੇ ਜਾਂ ਕੁਛ ਵੀ ਹੈ, ਜੇ ਸਰਕਾਰ ਕਰਨਾ ਚਾਹੇ, ਕੀ ਨਹੀਂ ਹੋ ਸਕਦਾ ਜੀ? 5 ਮਿੰਟ 'ਚ ਕੰਮ ਬੰਦ ਹੋ ਸਕਦਾ ਨਸ਼ਾ ਜੇ ਕਰਨਾ ਚਾਹੇ, ਪਰ ਕੋਈ ਇੰਟਰਸਟ ਨਹੀਂ ਕਿਉਂਕਿ ਸਾਰਾ ਬਿਜ਼ਨਸ ਬਣਾਇਆ ਹੋਇਆ। ਸਿਆਸੀ ਦਬਾਅ ਵੀ ਹੈ ਪੁਲਿਸ ਪਰ? ਬਿਜ਼ਨਸ ਹੈ ਜੀ ਇਹ, ਬੜੇ ਲੋਕ ਜੁੜੇ ਹੋਏ ਹੈ, ਅਟੈਚਮੈਂਟ ਚੱਲ ਰਹੀ ਹੈ, ਬਿਜ਼ਨਸ ਚੱਲ ਰਿਹਾ ਉਹਨਾਂ ਦਾ। ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਕਿਆ ਹੋ ਰਿਹਾ, ਇਹ ਤਾਂ ਰਲ ਕੇ ਗੇਮਾਂ ਖੇਲੀਆਂ ਜਾ ਰਹੀਆਂ ਜੀ, ਇਹ ਤਾਂ ਅਸੀਂ ਤਾਂ ਬਸ ਗੱਲਾਂ ਕਰਨ ਯੋਗੇ ਹਾਂ, ਸਾਡੇ ਹੱਥ ਭਾਵ ਰਹੇ ਨਹੀਂ, ਅਸੀਂ ਕਰ ਨਹੀਂ ਸਕਦੇ। ਜੇ ਪੰਚਾਇਤਾਂ ਨੂੰ ਫੁੱਲ ਭਾਵਨਾ ਦੇਈ ਜਾਣ ਕਰ ਸਕਦੇ ਜੀ, ਅਸੀਂ ਪੰਚਾਇਤ ਵਾਲੇ ਵੀ ਕਰ ਸਕਦੇ, ਪਰ ਸਾਡੇ ਕੋਲ ਅਧਿਕਾਰੀ ਨਹੀਂ ਹੈ। ਸਾਡੇ ਕੋਲ 7 ਮਹਿਕਮੇ ਦਏ ਹੋਏ ਹੈ ਜੀ, ਕੇਰਲਾ 'ਚ ਚਲ ਜਾਓ 27 ਮਹਿਕਮੇ ਹੈ ਸਰਕਾਰ ਨੇ ਦਏ ਹੋਏ, ਪਰ ਸਾਡੀ ਸਰਕਾਰ ਨੇ 7 ਮਹਿਕਮੇ ਦੇ ਪਏ ਜਿਹਨਾਂ 'ਚ ਅਸੀਂ ਮਾੜੇ ਉਹਦੇ 'ਚ ਵੀ ਇੰਨਾ ਇੰਟਰਫੇਅਰ ਕਰ ਨਹੀਂ ਸਕਦੇ, ਅਧਿਕਾਰ ਨਹੀਂ ਹੈ ਸਾਡੇ ਕੋਲ ਇੰਨੇ ਵੀ ਅਸੀਂ ਇਹ ਕੰਮ ਕਰ ਸਕੀਏ ਜੀ। ਬਹੁਤ ਬਹੁਤ ਧੰਨਵਾਦ। ਸੋ ਲਗਾਤਾਰ ਗੱਲਬਾਤ ਕੀਤੀ ਹੈ ਪਿੰਡ ਵਾਸੀਆਂ ਦੇ ਨਾਲ, ਇੱਕੋ ਗੱਲ ਸਾਹਮਣੇ ਆਈ ਹੈ ਕਿ ਕਿਤੇ ਨਾ ਕਿਤੇ ਇਹਨਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਦਾਅਵੇ ਕਰ ਰਹੀ ਹੈ, ਉਸ ਤਰੀਕੇ ਦੇ ਨਾਲ ਜੋ ਦਾਅਵੇ ਹੁੰਦੇ ਨੇ ਉਹਨਾਂ ਨੂੰ ਅਸਲ ਮਾਇਨੇ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਪਿੰਡ ਪਿੰਡ ਸ਼ਹਿਰਾਂ ਦੇ ਵਿੱਚ ਜਾ ਕੇ ਉਹਨਾਂ ਦਾਅਵਿਆਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ। ਕਾਰਵਾਈ ਕਰਨ ਦੇ ਲਈ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਸਿਆਸੀ ਦਬਾਅ ਵੀ ਪੰਜਾਬ ਪੁਲਿਸ ਦੇ ਉੱਤੇ ਬਣਿਆ ਹੁੰਦਾ, ਜਿਸ ਕਾਰਨ ਜਿਹੜੇ ਅਸਲ ਮਾਇਨੇ ਦੇ ਵਿੱਚ ਨਸ਼ਾ ਤਸਕਰ ਹੁੰਦੇ ਨੇ ਜਾਂ ਵੱਡੇ ਪੱਧਰ ਦੇ ਉੱਤੇ ਨਸ਼ਾ ਵੇਚਦੇ ਨੇ ਉਹਨਾਂ ਦੇ ਉੱਤੇ ਕਾਰਵਾਈ ਨਾ ਕਰਕੇ, ਬਲਕਿ ਛੋਟੇ ਲੈਵਲ ਦੇ ਉੱਤੇ ਨਸ਼ਾ ਵੇਚਣ ਵਾਲਿਆਂ ਦੇ ਉੱਤੇ ਕਾਰਵਾਈ ਕਰਕੇ ਪੁਲਿਸ ਵਿਹਲੀ ਹੋ ਜਾਂਦੀ ਹੈ। ਉਸ ਤੋਂ ਬਾਅਦ ਲਗਾਤਾਰ ਸਵਾਲ ਉੱਠਦੇ ਨੇ ਅਤੇ ਉਹਨਾਂ ਸਵਾਲਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋਣਾ ਵੀ ਇੱਕ ਵੱਡਾ ਕਾਰਨ ਬਣਿਆ ਹੋਇਆ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਕੁਝ ਹੋਰ ਪਿੰਡ ਵਾਸੀ ਵੀ ਮੌਜੂਦ ਨੇ, ਜਾਣਦੇ ਹਾਂ ਕਿ ਆਖਿਰ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ ਵੀ ਨਸ਼ਾ ਕਿਉਂ ਨਹੀਂ ਰੁਕ ਰਿਹਾ, ਕਾਰਨ ਕੀ ਹੈਗੇ ਨੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਰਣਧੀਰ ਸਿੰਘ। ਅੱਛਾ ਰਣਧੀਰ ਜੀ, ਤੁਹਾਨੂੰ ਲੱਗਦਾ ਕਿ ਜਿਵੇਂ ਪੰਜਾਬ ਪੁਲਿਸ ਦਾਅਵੇ ਕਰਦੀ ਹੈ ਕਿ ਨਸ਼ਾ ਰੋਕਿਆ ਜਾਵੇਗਾ, ਨਸ਼ੇ ਨੂੰ ਠੱਲ ਪਾਈ ਜਾਵੇਗੀ, ਚਾਹੇ ਕੋਈ ਵੀ ਹੋਵੇ ਉਸ ਵਿਰੁੱਧ ਠੋਸ ਕਾਰਵਾਈ ਕੀਤੀ ਜਾਵੇਗੀ, ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਦੀ ਕਾਰਵਾਈ ਨਸ਼ੇ ਨੂੰ ਰੋਕਣ ਦੇ ਲਈ ਹੈਗੀ ਹੈ? ਬਿਲਕੁਲ। ਕਾਰਨ ਕੀ ਹੈਗੇ ਨੇ? ਕਾਰਨ ਹੈ ਭ੍ਰਿਸ਼ਟਾਚਾਰ। ਸਾਰੇ ਨੰਬਰ 1 ਤਾਂ ਪੁਲਿਸ ਵਾਲੀ ਪਹਿਲਾਂ ਪੈਸੇ ਦੇ ਕੇ ਭਰਤੀ ਹੋਏ ਵੇ, ਨੰਬਰ 2 ਇਹਨਾਂ ਨੂੰ ਫਿਰ ਆ ਜਾਂਦਾ ਥਾਣੇਦਾਰ ਨੂੰ, ਡਿਪਟੀ ਦਾ ਡਿਪਟੀ ਨੂੰ, SP ਦਾ SP ਨੂੰ, DIG ਦਾ, ਉਹਨਾਂ ਨੂੰ ਗਾਹਾਂ ਮੰਤਰੀਆਂ ਦੇ, ਸਾਰੇ ਦਬਾਓ 'ਚ ਇੱਕ ਦੂਏ, ਚੇਨ ਹੈਗੀ, ਇੱਕ ਚੇਨ ਇੱਕ ਦੂਏ ਦਾ ਦਬਾਓ ਹੈ, ਇਹ ਕੰਮ ਹੈ ਬਸ, ਇਹਦੇ ਕਰਕੇ ਨਸ਼ਾ ਨਹੀਂ ਬੰਦ ਹੋ ਰਿਹਾ, ਹੋਰ ਕੁਛ ਨਹੀਂ ਹੈਗਾ। ਨਸ਼ਾ ਬੰਦ ਹੋਣ ਕਿਆ ਚੀਜ਼ ਹੈ? ਹੋ ਸਕਦਾ ਨਸ਼ਾ ਬੰਦ ਪੰਜਾਬ ਪੁਲਿਸ ਵੱਲੋਂ? ਹਾਂਜੀ, ਨਸ਼ਾ ਬੰਦ ਹੋ ਸਕਦਾ, ਕੋਈ ਬੜੀ ਗੱਲ ਨਹੀਂ ਹੈਗੀ, ਇੱਛਾ ਸ਼ਕਤੀ ਚਾਹੀਦੀ ਹੈ ਸਾਰਿਆਂ 'ਚ, ਇੱਕ 'ਚ ਨਹੀਂ, ਟੀਮ 'ਚ ਇੱਛਾ ਸ਼ਕਤੀ ਚਾਹੀਦੀ। ਆਏ ਨਹੀਂ ਆਏ ਵੀ ਇੱਕ ਚੌਂਕੀ ਵਾਲੇ ਨੂੰ ਕਹਿਤੇ ਆ, ਇੱਕ ਥਾਣੇ ਵਾਲੇ ਨੂੰ ਕਹਿਤੇ ਆ, ਤਸਕਰਾਂ ਨੇ ਦੂਏ ਥਾਣੇ ਵਾਲੇ 'ਚ। ਗਰਾਊਂਡ ਲੈਵਲ 'ਤੇ ਕੰਮ ਕਰਦੀ ਪੰਜਾਬ ਪੁਲਿਸ? ਗਰਾਊਂਡ ਲੈਵਲ 'ਤੇ ਜਦੋਂ ਪ੍ਰੈਸ਼ਰ ਪੈ ਜਾਂਦਾ ਕਰਦੀ ਹੈ, ਜੇ ਹੁਣ ਉੱਪਰਾਲੇ ਕਹਿਤੇ ਵੀ ਲਓ ਜੀ ਤੁਹਾਡੇ ਵਿਕਣਾ ਨਹੀਂ ਚਾਹੀਦਾ, 4 ਦਿਨ 'ਚ ਬੰਦ ਕਰ ਦਿੰਦੇ ਹਾਂ, ਉਹ ਤੋਂ ਬਾਅਦ ਉਹਨਾਂ ਨੂੰ ਪੈਸੇ ਦੇ ਕੇ ਦੂ ਜਦੋਂ ਬਦਲੀ ਹੋਣੀ ਉਹਨਾਂ ਦੀ, ਦੋਵਾਂ ਨੇ ਆ ਕੇ ਫਿਰ ਛੱਡਾ ਚਲਾ ਦੇਣਾ ਹੈ, ਆਹ ਚੀਜ਼ ਹੈ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਇਸੇ ਪਿੰਡ ਦੇ ਕੁਝ ਨੌਜਵਾਨ ਵੀ ਹੈਗੇ ਨੇ, ਹਾਲਾਂਕਿ ਕਿਹਾ ਜਾਂਦਾ ਹੈ ਕਿ ਨੌਜਵਾਨ ਬਿਹਤਰ ਤਰੀਕੇ ਦੇ ਨਾਲ ਦੱਸ ਸਕਦੇ ਨੇ ਕਿ ਨਸ਼ਾ ਕਿਉਂ ਵਿਕ ਰਿਹਾ ਹੈ ਜਾਂ ਨਸ਼ੇ ਦੇ ਪਿੱਛੇ ਕਾਰਨ ਕੀ ਨੇ, ਪੰਜਾਬ ਪੁਲਿਸ ਦੀ ਕਾਰਵਾਈ ਕਿਵੇਂ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਜੁਝਾਰ ਸਿੰਘ। ਅੱਛਾ ਜੁਝਾਰ, ਜਿਵੇਂ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ, ਨਸ਼ੇ ਨੂੰ ਲੈ ਕੇ ਗੱਲ ਕੀਤੀ ਜਾਂਦੀ, ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਲਈ ਪੰਜਾਬ ਪੁਲਿਸ ਦੀ ਕਾਰਵਾਈ ਬਿਹਤਰ ਤਰੀਕੇ ਦੇ ਨਾਲ ਹੈਗੀ ਹੈ, ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਪੰਜਾਬ ਪੁਲਿਸ? ਨਹੀਂ ਜੀ, ਵਧੀਆ ਤਰੀਕੇ ਨਾਲ ਕੰਮ ਨਹੀਂ ਕਰਦੀ, ਅੱਜ ਕੱਲ੍ਹ ਨੌਜਵਾਨ ਵਿਹਲੇ ਫਿਰਦੇ ਆ ਜੀ, ਇਸ ਕਰਕੇ ਕਈ ਨੌਜਵਾਨ ਨਸ਼ਿਆਂ ਨੁਸ਼ਿਆਂ ਲੱਗੇ ਜਾਂਦੇ। ਅੱਛਾ, ਨਸ਼ੇ ਦੇ ਕਾਰਨ ਕੀ ਹੈਗੇ ਨੇ, ਕਿਉਂਕਿ ਤੁਸੀਂ ਦੱਸਿਆ ਬੇਰੁਜ਼ਗਾਰੀ ਇੱਕ ਵੱਡਾ ਕਾਰਨ ਹੈਗੀ ਹੈ, ਰੁਜ਼ਗਾਰ ਦੇ ਲਈ ਪ੍ਰਸ਼ਾਸਨ ਜਾਂ ਸਰਕਾਰ ਦੇ ਵੱਲੋਂ ਇਸ ਪਿੰਡ ਦੇ ਵਿੱਚ ਕਦਮ ਚੁੱਕੇ ਜਾ ਰਹੇ ਨੇ? ਨਹੀਂ ਜੀ, ਹੁਣ ਕਦਮ ਚੁੱਕੇ ਨਹੀਂ ਜਾ ਰਹੇ, ਕਈ ਲੋਕ ਵਿਹਲੇ ਫਿਰਦੇ ਆ ਜੀ, ਬੱਚੇ ਵਗੈਰਾ ਇਸ ਤਰ੍ਹਾਂ ਕਈ ਹੁੰਦੇ ਆ ਬੱਚੇ। ਤੁਹਾਨੂੰ ਮਿਲਿਆ ਰੁਜ਼ਗਾਰ? ਨਹੀਂ, ਸਾਨੂੰ ਮਿਲਿਆ। ਅੱਛਾ, ਨਸ਼ੇ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਕਿ ਦਾਅਵਾ ਕੀਤਾ ਜਾਂਦਾ ਕਿ ਨਸ਼ਾ ਰੋਕਣ ਦੇ ਲਈ ਰੁਜ਼ਗਾਰ ਜ਼ਰੂਰੀ ਹੈਗਾ, ਵੀ
ਤਾਂ ਕਿਵੇਂ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ? ਤੁਹਾਨੂੰ ਲੱਗਦਾ ਕਿ ਜਿਵੇਂ ਹਰ ਰੋਜ਼ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਇਹ ਨਸ਼ਾ ਤਸਕਰ ਫੜਿਆ, ਉਹ ਨਸ਼ਾ ਤਸਕਰ ਫੜਿਆ, ਅਸਲ ਮਾਇਨੇ ਦੇ ਵਿੱਚ ਨਸ਼ੇ ਦੀ ਚੇਨ ਟੁੱਟ ਰਹੀ ਹੈ ਜਾਂ ਨਹੀਂ ਟੁੱਟ ਰਹੀ? ਨਹੀਂ, ਟੁੱਟ ਨਹੀਂ ਰਹੀ। ਅੱਜ ਕੱਲ੍ਹ ਨਸ਼ੇ ਚੱਲਦੇ ਬਹੁਤ ਵੱਧ ਹੋਣ ਲੱਗ ਗਏ, ਨੌਜਵਾਨ ਕਈ ਨਸ਼ੇ ਕਰਨ ਲੱਗ ਗਏ, ਚਿੱਟਾ ਕਰਨ ਲੱਗ ਗਈ, ਇਹ ਕਰਕੇ ਕਈ ਨੌਜਵਾਨ ਦੀ ਮੌਤਾਂ ਹੋ ਰਹੀ, ਇਹ ਕਰਕੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ। ਜੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਜਸਵਿੰਦਰ ਸਿੰਘ। ਜਸਵਿੰਦਰ, ਜਿਵੇਂ ਗੱਲ ਕੀਤੀ ਜਾਂਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਰੋਕਣ ਦੇ ਲਈ ਕਦਮ ਚੁੱਕੇ ਜਾ ਰਹੇ ਨੇ, ਤੁਹਾਨੂੰ ਲੱਗਦਾ ਕਿ ਉਹ ਕਦਮ ਨਸ਼ਾ ਰੋਕਣ ਦੇ ਲਈ ਕਾਫੀ ਨੇ? ਹਾਲੇ ਤੱਕ ਤਾਂ ਠੀਕ ਹੈ, ਪਰ ਇੰਨੇ ਕਿ ਨਹੀਂ। ਅੱਛਾ, ਕਾਰਵਾਈ ਹੋਰ ਬਿਹਤਰ ਕਰਨੀ ਚਾਹੀਦੀ ਹੈ। ਹਾਂਜੀ, ਕਾਰਨ ਕੀ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਾ ਰੁਕ ਕਿਉਂ ਨਹੀਂ ਰਿਹਾ, ਉਸੇ ਤਰ੍ਹਾਂ ਹੀ ਨਸ਼ਾ ਬੇਰੁਕ ਚੱਲ ਰਿਹਾ ਹਾਲਾਂਕਿ ਸਰਕਾਰ ਬਦਲੀ ਹੈ? ਤੁਹਾਨੂੰ ਲੱਗਦਾ ਕਿ ਸਰਕਾਰ ਬਦਲਣ ਦੇ ਨਾਲ ਨਸ਼ਾ ਰੋਕਣ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਸੀ ਪ੍ਰਸ਼ਾਸਨ ਦੇ ਵੱਲੋਂ, ਸਰਕਾਰ ਦੇ ਵੱਲੋਂ ਜਾਂ ਪੁਲਿਸ ਦੇ ਵੱਲੋਂ, ਉਸ ਤਰ੍ਹਾਂ ਦੇ ਦਾਅਵਿਆਂ ਦੇ ਮੁਤਾਬਕ ਕਦਮ ਚੁੱਕੇ ਜਾ ਰਹੇ ਨੇ ਨਸ਼ੇ ਨੂੰ ਰੋਕਣ ਦੇ ਲਈ, ਫਿਰ ਵੀ ਨਸ਼ਾ ਕਿਉਂ ਨਹੀਂ ਰੁਕ ਰਿਹਾ? ਕੋਈ ਬੇਰੁਜ਼ਗਾਰ ਹੈ ਜੀ, ਜਿਹੜੇ ਬੱਚੇ ਜੀ ਪੜ੍ਹ ਪੁੜ ਲਿਖ ਕੇ ਜਿਹੜੇ ਝੂਠੀਆਂ ਨੌਕਰੀਆਂ ਕਰਕੇ ਵਾਅਦੇ ਕਰਦੇ ਨੇ ਉਹਨਾਂ ਕਰਕੇ। ਕੀ ਮੰਗ ਕਰਦੇ ਹੋ ਕਿ ਕਿਵੇਂ ਕਦਮ ਚੁੱਕੇ ਜਾਣ ਜਾਂ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਿਆ ਜਾਵੇ ਤਾਂ ਕਿ ਹਰ ਰੋਜ਼ ਜਿਵੇਂ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਨੇ ਉਹ ਰੁਕ ਸਕਣ? ਜਿਹੜੇ ਨੌਕਰੀਆਂ ਦੇਣ ਉਹਨਾਂ ਨੂੰ ਸਰਕਾਰਾਂ ਜੀ, ਵਾਅਦੇ ਪੂਰੇ ਕਰਨ ਉਹਨਾਂ ਦੇ ਜੀ, ਤਾਂ ਕਰਕੇ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਬਜ਼ੁਰਗਾਂ ਦੇ ਨਾਲ, ਹਰ ਵਰਗ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਜਿਵੇਂ ਪੰਜਾਬ ਪੁਲਿਸ ਦਾਅਵੇ ਕਰਦੀ ਹੈ, ਜਿਵੇਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਗਰਾਊਂਡ ਲੈਵਲ ਦੇ ਉੱਤੇ ਹੋਣੀ ਚਾਹੀਦੀ ਹੈ, ਉਸ ਤਰੀਕੇ ਦੇ ਨਾਲ ਕਾਰਵਾਈ ਨਹੀਂ ਕੀਤੀ ਜਾਂਦੀ, ਹਾਲਾਂਕਿ ਸਿਆਸੀ ਦਬਾਅ ਵੀ ਪੰਜਾਬ ਪੁਲਿਸ ਦੇ ਉੱਤੇ ਹੋਣ ਦੇ ਲੋਕਾਂ ਨੇ ਇਲਜ਼ਾਮ ਲਗਾਏ ਨੇ, ਪਰ ਇਹਨਾਂ ਇਲਜ਼ਾਮਾਂ ਦੇ ਵਿਚਕਾਰ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਪਹਿਲੇ ਨੌਜਵਾਨ ਅਤੇ ਨਾਲ ਦੀ ਨਾਲ ਅੱਜ ਕੱਲ੍ਹ ਕੁੜੀਆਂ ਵੀ ਇਸ ਨਸ਼ੇ ਦੇ ਚੁੰਗਲ ਦੇ ਵਿੱਚ ਫਸ ਚੁੱਕੀਆਂ ਨੇ, ਜਿਸ ਕਾਰਨ ਲਗਾਤਾਰ ਮੌਤਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ। ਪਰ ਇਹਨਾਂ ਮੌਤਾਂ ਦੇ ਸਿਲਸਿਲੇ ਦੇ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉੱਠਣੇ ਲਾਜ਼ਮੀ ਨੇ। ਲਗਾਤਾਰ ਸਿਆਸਤ ਵੀ ਹੁੰਦੀ ਜਾ ਰਹੀ ਹੈ, ਪਰ ਇਹਨਾਂ ਸਿਆਸੀ ਦਬਾਅ ਦੇ ਵਿੱਚ ਪੰਜਾਬ ਪੁਲਿਸ ਨੂੰ ਆਪਣੀ ਕਾਰਗੁਜ਼ਾਰੀ ਹੋਰ ਬਿਹਤਰ ਤਰੀਕੇ ਦੇ ਨਾਲ ਕਰਨ ਦੇ ਲਈ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ, ਮੰਗ ਕੀਤੀ ਜਾ ਰਹੀ ਹੈ, ਅਤੇ ਮੰਗ ਜਾਇਜ਼ ਵੀ ਹੈਗੀ ਹੈ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।